ਪੰਜਾਬੀ ਰੇਡੀਓ ਜੀ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਰੋਤਿਓ। ਪ੍ਰੋਗਰਾਮ ਖਬਰ ਤੇ ਨਜ਼ਰ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਸੁਸ਼ੀਲ ਦਸਾਂਝ, ਦੱਸਣਗੇ ਜਿਹੜੀਆਂ ਖਬਰਾਂ ਆ ਆਪਾਂ ਨੂੰ ਆਉਂਦੀਆਂ ਆ, ਇਹ ਖਬਰਾਂ ਦੇ ਵਿੱਚ ਸਾਡੇ ਨਾਲ ਹੁੰਦੇ ਆ ਕਿ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ ਉਹਦੀ ਆਪਾਂ ਗੱਲਬਾਤ ਕਰਾਂਗੇ। ਸੁਸ਼ੀਲ ਦਸਾਂਝ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਕੌਰ ਜੀ, ਤੇ ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਚੰਡੀਗੜ੍ਹ ਸਟੂਡੀਓ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਫਿਰ ਦੋਸਤੋ, ਅਸੀਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਰੂਬਰੂ ਆ ਕੁਝ ਇੱਕ ਬਹੁਤ ਜ਼ਰੂਰੀ ਸਮਾਜਿਕ ਤੇ ਸਿਆਸੀ ਗੱਲਾਂ ਬਾਤਾਂ ਤੁਹਾਡੇ ਨਾਲ ਪੰਜਾਬ ਦੇ ਮੁਲਕ ਯਾਨੀ ਭਾਰਤ ਦੇ ਹਵਾਲੇ ਨਾਲ ਸਾਂਝੀਆਂ ਕਰਾਂਗੇ। ਤੋ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਅੱਛਾ ਜੀ ਸਰੋਤਿਓ, ਆਪਾਂ ਖਬਰਾਂ ਸਾਂਝੀਆਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਉਹਨਾਂ ਸਪੋਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦਾ ਫੋਨ ਨੰਬਰ 4082722500, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਜਾਫੀ ਸਿੰਘ ਬੇਕਰਫੀਲਡ ਤੋਂ, ਸੁੱਖਾ ਸਿੰਘ ਵਾਈਸੀਲੀਆ ਤੋਂ, ਪੰਜਾਬੀ ਅਮੈਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁੱਬਾ ਸਿਟੀ ਤੋਂ ਬਹੁਤ ਬਹੁਤ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੀ। ਤੇ ਸੁਸ਼ੀਲ ਜੀ, ਆਪਾਂ ਚੱਲਦੇ ਹਾਂ ਅੱਜ ਦੇ ਸਵਾਲਾਂ ਵੱਲ। ਜਿਵੇਂ ਆਪਾਂ ਨੂੰ ਪਤਾ ਕਿ ਜਿਹੜੀ ਕਾਂਗਰਸ ਆ ਇਹਦਾ ਜਿਹੜਾ ਕਾਟੋ ਕਲੇਸ਼ ਆ ਬਹੁਤ ਸਾਲਾਂ ਤੋਂ ਪਿਆ ਹੋਇਆ, ਉਹ ਵੀ ਪ੍ਰਧਾਨਗੀ ਨੂੰ ਲੈ ਕੇ, ਤੇ ਪਹਿਲੇ ਤਾਂ ਪੰਜਾਬ ਦੇ ਵਿੱਚ ਸੀ ਇਹਨਾਂ ਦਾ ਕਲੇਸ਼, ਤੇ ਹੁਣ ਇਹ ਜਿਹੜਾ ਕਲੇਸ਼ ਆ ਚੱਕ ਕੇ ਦਿੱਲੀ ਲੈ ਗਏ ਆ। ਜਿਵੇਂ ਪ੍ਰਤਾਪ ਸਿੰਘ ਬਾਜਵਾ ਆ ਜਾਂ ਕੈਪਟਨ ਅਮਰਿੰਦਰ ਸਿੰਘ ਆ, ਵਾਰੀ ਵਾਰੀ ਇਹ ਆਪਣੇ ਦਿੱਲੀ ਦੇ ਵਿੱਚ ਕਦੀ ਰਾਹੁਲ ਗਾਂਧੀ ਨੂੰ, ਕਦੀ ਸੋਨੀਆ ਗਾਂਧੀ ਨੂੰ ਮਿਲ ਰਹੇ ਆ। ਇਹਦੇ ਪਿੱਛੇ ਕੀ ਹੈਗਾ, ਇਹ ਕੀ ਅਸਾਰ ਪਸਾਰ ਆ ਕਿ ਇਹਨਾਂ ਦਾ ਫੈਸਲਾ ਹੋ ਜਾਊਗਾ? ਦੇਖੋ, ਅਸਲ ਦੇ ਵਿੱਚ ਕਲੈਸ਼ ਜਿਹੜਾ ਆ ਉਹ ਰਾਜਨੀਤਿਕ ਨਹੀਂ ਆ ਬਹੁਤਾ, ਕਿਉਂਕਿ ਰਾਜਨੀਤੀ ਤਾਂ ਇੱਕੋ ਹੀ ਆ ਕਾਂਗਰਸ ਪਾਰਟੀ ਦੀ। ਕਾਂਗਰਸ ਪਾਰਟੀ ਦੇ ਵਿੱਚ ਕੋਈ ਦੋ ਤਰ੍ਹਾਂ ਦੀ ਪੋਲੀਟਿਕਸ ਚੱਲਦੀ ਹੋਵੇ ਜਾਂ ਵਿਚਾਰਧਾਰਕ ਕੋਈ ਆਪੋ ਵਿੱਚ ਹੀ ਰੌਲਾ ਹੋਵੇ, ਇਹ ਤਾਂ ਹੈ ਨਹੀਂ। ਕਲੈਸ਼ ਓਵਰਆਲ ਈਗੋ ਦਾ ਹੈ, ਮੈਂ ਕਈ ਵਾਰੀ ਸੁਪਰ ਈਗੋ ਲਫ਼ਜ਼ ਵੀ ਵਰਤਦਾ। ਕਾਂਗਰਸ ਪਾਰਟੀ ਦੀ ਦਿੱਕਤ ਇਹ ਆ, ਪੰਜਾਬ ਦੇ ਵਿੱਚ ਵੀ ਸਾਰੇ ਦੇਸ਼ ਚ ਵੀ ਦੋ ਪ੍ਰੋਬਲਮ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਵੱਡੀ, ਨੰਬਰ ਇੱਕ ਇਹ ਵਿਅਕਤੀ ਵਿਸ਼ੇਸ਼ ਤੇ ਮੁਨਸਰ ਕਰਦੀ ਆ ਪਾਰਟੀ, ਯਾਨੀ ਇੱਕ ਪਰਿਵਾਰ ਦੀ ਪੋਲੀਟਿਕਸ ਜਿਹੜੀ ਆ ਉਹ ਚੱਲਦੀ ਹੈ ਇਸ ਪਾਰਟੀ ਦੇ ਵਿੱਚ। ਜੋ ਸੋਨੀਆ ਗਾਂਧੀ ਨੇ, ਰਾਹੁਲ ਗਾਂਧੀ ਨੇ, ਪ੍ਰਿਯੰਕਾ ਪਾਰਟੀ ਚ ਵੀ ਹੈ ਨੀ, ਜੇ ਪ੍ਰਿਯੰਕਾ ਵੀ ਕੱਲ ਨੂੰ ਕੋਈ ਗੱਲ ਕਵੇ ਉਹੀ ਸਿਰ ਮੱਥੇ ਜਿਹੜੀ ਹੋਣੀ ਹੈ ਪ੍ਰਵਾਨ, ਹੋਰ ਕਿਸੇ ਦੀ ਕੋਈ ਗੱਲ ਇੱਥੇ ਮੰਨੀ ਨਹੀਂ ਜਾਣੀ। ਇਹਦੇ ਸੂਬਿਆਂ ਦੇ ਵਿੱਚ ਜਿਹੜੇ ਲੋਕਾਂ ਨੇ ਸਿਆਸਤ ਸਦਾ ਦੀ ਕੀਤੀ ਹੋਵੇ, ਯਾਨੀ ਹਕੂਮਤੀ ਤੇਵਰ ਜਿਨ੍ਹਾਂ ਦੇ ਸਦਾ ਰਹੇ ਹੋਣ, ਉਹ ਹੁਣ ਇਹ ਪ੍ਰਵਾਨ ਨਹੀਂ ਕਰਦੇ ਕਿ ਹੋਰ ਬੰਦਾ ਆ ਕੇ ਸਤਾ ਦੇ ਉੱਤੇ ਬੈਠੇ। ਸਤਾ ਦਾ ਮਤਲਬ ਸਰਕਾਰ ਇਹ ਨਹੀਂ ਹੁੰਦਾ, ਸਤਾ ਦਾ ਮਤਲਬ ਪਾਰਟੀ ਦੇ ਅੰਦਰ ਵੀ ਸਤਾ ਹੁੰਦੀ ਹੈ। ਹੁਣ ਪੰਜਾਬ ਦੀ ਪਾਰਟੀ ਦੇ ਅੰਦਰ ਜਿਹੜੀ ਸਤਾ ਦਾ ਮਸਲਾ ਆ ਉਹ ਪਚਾ ਨਹੀਂ ਪਾ ਰਹੇ ਕੈਪਟਨ ਅਮਰਿੰਦਰ ਸਿੰਘ ਕਿ ਮੇਰੇ ਤੋਂ ਬਿਨਾਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਆ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਜਿਹੜੀ ਉਹਨਾਂ ਕੋਲ ਹੈ ਤੇ ਉਹ ਏਦਾਂ ਹੀ ਕੰਟੀਨਿਊ ਕਰਦੇ ਰਹਿਣ। ਸੋ ਉਹਨਾਂ ਦਾ ਕਾਫੀ ਦੇਰ ਤੋਂ ਯਤਨ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਸਾਈਡ ਲਾਈਨ ਕਰਕੇ ਜਾਂ ਤਾਂ ਉਹ ਪ੍ਰਧਾਨ ਬਣਨ ਜਾਂ ਉਹਨਾਂ ਦਾ ਕੋਈ ਖਾਸ ਬੰਦਾ ਪ੍ਰਧਾਨ ਬਣੇ, ਤੇ ਕੈਪਟਨ ਅਮਰਿੰਦਰ ਇਹ ਚਾਹੁੰਦੇ ਆ ਕਿ ਉਹਨਾਂ ਦਾ ਆਪਣਾ ਬੰਦਾ ਕੋਈ ਪ੍ਰਧਾਨ ਬਣ ਜਾਵੇ ਜਾਂ ਉਹਨਾਂ ਨੂੰ ਖੁਦ ਨੂੰ ਪ੍ਰਧਾਨ ਬਣਾ ਦਿੱਤਾ ਜਾਏ ਜਾਂ ਕੋਈ ਆਪਣਾ ਬੰਦਾ ਪ੍ਰਧਾਨ ਲਵਾ ਕੇ ਆਪ ਕੰਪੇਨ ਕਮੇਟੀ ਦੇ ਚੇਅਰਮੈਨ ਲੱਗ ਜਾਣ। ਦੋ ਦਿਨ ਪਹਿਲਾਂ ਜਿਹੜੀਆਂ ਖਬਰਾਂ ਆ ਰਹੀਆਂ ਸੀ ਉਹ ਇਸ ਰੂਪ ਚ ਆ ਰਹੀਆਂ ਸੀ ਵੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਮਿਲਣਾ ਤੇ ਉਹ ਮਿਲੇ ਵੀ ਮੰਗਲਵਾਰ ਨੂੰ, ਪਰ ਉਹਨਾਂ ਦੀ ਮੁਲਾਕਾਤ ਤੋਂ ਤੁਰੰਤ ਬਾਅਦ ਦੂਜੇ ਦਿਨ ਹੀ ਜਿਹੜਾ ਆ ਪ੍ਰਤਾਪ ਸਿੰਘ ਬਾਜਵਾ ਨੂੰ ਕਾਲ ਕਰ ਲਿਆ ਰਾਹੁਲ ਗਾਂਧੀ ਨੇ। ਤੇ ਹੋਰ ਖਬਰ ਇਹ ਆਈ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਮੁਲਾਕਾਤ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਦਾਅਵਾ ਕੀਤਾ ਕਿ ਅਕਤੂਬਰ ਦੇ ਵਿੱਚ 2 ਅਕਤੂਬਰ ਨੂੰ ਗਾਂਧੀ ਜਯੰਤੀ ਤੇ ਪੰਜਾਬ ਦੇ ਵਿੱਚ ਇੱਕ ਪੈਦਲ ਯਾਤਰਾ ਸ਼ੁਰੂ ਕਰਨਗੇ ਰਾਹੁਲ ਗਾਂਧੀ, ਇਹਦੇ ਵਾਸਤੇ ਸਹਿਮਤੀ ਉਹਨਾਂ ਨੇ ਦੇ ਦਿੱਤੀ ਹੈ। ਤੇ ਖਬਰਾਂ ਇਹ ਆ ਰਹੀ ਹੈ ਕਿ ਇੱਕ ਕਿਸਮ ਦਾ ਜੀਵਨ ਦਾਨ ਪ੍ਰਤਾਪ ਸਿੰਘ ਬਾਜਵਾ ਨੂੰ ਮਿਲ ਗਿਆ, ਮਤਲਬ ਜਿਹੜਾ ਕੈਪਟਨ ਦਾ ਦਾਅ ਸੀ ਉਹ ਸਹੀ ਨਹੀਂ ਪਿਆ, ਪ੍ਰਤਾਪ ਸਿੰਘ ਬਾਜਵਾ ਦਾ ਦਾਅ ਕੈਪਟਨ ਦੇ ਦਾਅ ਨੂੰ ਕੱਟ ਗਿਆ ਤੇ ਪ੍ਰਤਾਪ ਸਿੰਘ ਬਾਜਵਾ ਆਪਣੀ ਜਿਹੜੀ ਪ੍ਰਧਾਨਗੀ ਅਕਤੂਬਰ ਮਹੀਨੇ ਤੱਕ ਬਚਾ ਗਏ। ਪ੍ਰਤਾਪ ਸਿੰਘ ਬਾਜਵੇ ਦੇ ਬਿਆਨ ਤੋਂ ਵੀ ਇਹ ਲਿਖਾਈ ਦਿੰਦਾ, ਪਰ ਇਹਦੇ ਚ ਮੈਂ ਕੀ ਦੇਖਦਾ, ਮੈਨੂੰ ਇਹ ਲੱਗਦਾ ਕਿ ਕੈਪਟਨ ਅਮਰਿੰਦਰ ਨੇ ਅੱਜ ਵੀ ਮਿਲਣਾ ਰਾਹੁਲ ਗਾਂਧੀ ਨੂੰ, ਉਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਮਿਲਣਗੇ। ਮੈਨੂੰ ਇਹ ਲੱਗਦਾ ਵੀ ਸ਼ਾਇਦ ਹਾਈਕਮਾਂਡ ਜਿਹੜੀ ਹੈ ਇਸ ਪਿੱਚ ਤੇ ਆ ਗਈ ਆ ਹੁਣ ਵੀ ਜੇ ਹੁਣ ਮਸਲਾ ਹੱਲ ਨਾ ਕੀਤਾ ਕਾਂਗਰਸ ਦਾ ਤੇ ਬਾਕੀ ਸੂਬਿਆਂ ਵਾਂਗ ਪੰਜਾਬ ਦੇ ਵਿੱਚ ਵੀ ਕਾਂਗਰਸ ਮੁੱਦੇ ਨੂੰ ਪੈ ਜਾਏਗੀ। ਤੇ ਦੂਜੀ ਗੱਲ ਇਹ ਹੈ ਕਿ ਸ਼ਾਇਦ ਇਹ ਪਹਿਲੀ ਵਾਰ ਹੋਏਗਾ ਕਿ ਲਗਾਤਾਰ ਤੀਜੀ ਵਾਰ ਪੰਜਾਬ ਦੇ ਵਿੱਚ ਕਾਂਗਰਸ ਹਕੂਮਤ ਤੋਂ ਬਾਹਰ ਰਹੇਗੀ।
ਤੇ ਇਸ ਕਰਕੇ ਕਾਂਗਰਸ ਹਾਈਕਮਾਨ ਨੇ ਫੈਸਲਾ ਕਰ ਲਿਆ ਕਿ ਲੀਡਰਸ਼ਿਪ ਤਬਦੀਲੀ ਤਾਂ ਕਰਨੀ ਹੈ ਪਰ ਅੱਜ ਨੀ ਕਰਨੀ। ਜੇ ਅੱਜ ਪ੍ਰਤਾਪ ਸਿੰਘ ਬਾਜਵਾ ਨੂੰ ਸਾਈਡਲਾਈਨ ਕਰਕੇ ਕੈਪਟਨ ਦੀਆਂ ਗੱਲਾਂ ਮੰਨ ਲਈਆਂ ਤੇ ਲੋਕਾਂ ਚ ਸੰਕੇਤ ਜਾਣਾ ਵੀ ਹਾਈਕਮਾਨ ਜਾਂ ਦਿੱਲੀ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਦੇ ਅੱਗੇ ਝੁਕ ਗਈ ਹੈ। ਇਸ ਕਰਕੇ ਸ਼ਾਇਦ ਅਕਤੂਬਰ ਮਹੀਨੇ ਤੱਕ ਕੈਪਟਨ ਅਮਰਿੰਦਰ ਨੂੰ ਸਲਾਹ ਦਿੱਤੀ ਜਾਣੀ ਹੈ ਵੀ ਤੁਸੀਂ ਅਕਤੂਬਰ ਮਹੀਨੇ ਤੱਕ ਪੰਜਾਬ ਚ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਕੰਮ ਕਰੇ ਤੇ ਕਿਸੇ ਕਿਸੇ ਦਾ ਕੋਈ ਰੇੜਕਾ ਨਾ ਰਵੇ ਤੇ ਅਕਤੂਬਰ ਚ ਚੁੱਪ ਚਪੀਤੇ ਪ੍ਰਤਾਪ ਸਿੰਘ ਬਾਜਵਾ ਨੂੰ ਲਾ ਕੇ ਜਿਹੜਾ ਬੰਦਾ ਤੁਸੀਂ ਕਹੋਗੇ ਲਾਲ ਸਿੰਘ ਨੂੰ ਕਹੋ ਲਾਲ ਸਿੰਘ, ਜੇ ਅੰਬਿਕਾ ਸੋਨੀ ਨੂੰ ਕਹੋ ਅੰਬਿਕਾ ਸੋਨੀ, ਜੇ ਤੁਸੀਂ ਰਵਨੀਤ ਬਿੱਟੂ ਨੂੰ ਕਹੋ ਰਵਨੀਤ ਬਿੱਟੂ, ਜੇ ਤੁਸੀਂ ਪ੍ਰੈਜੀਡੈਂਟ ਵੀ ਤੁਹਾਨੂੰ ਕਾਂਗਰਸ ਬਣਾ ਦਿੱਤਾ ਜਾਏ। ਇਹ ਰਸਤਾ ਹਾਈਕਮਾਨ ਨੇ ਲੱਭ ਲਿਆ। ਬਾਕੀ ਅੱਜ ਜਦੋਂ ਕੈਪਟਨ ਦੀ ਮੁਲਾਕਾਤ ਹੋਈ ਸੀ ਰਾਹੁਲ ਗਾਂਧੀ ਨਾਲ, ਉਸ ਤੋਂ ਬਾਅਦ ਕਿਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੈਪਟਨ ਅਮਰਿੰਦਰ ਕੋਈ ਦਾਅਵੇ ਕਰਦੇ ਆ, ਉਹਨਾਂ ਦੀ ਗੱਲਬਾਤ ਤੋਂ ਬਾਅਦ ਅਸੀਂ ਕੋਈ ਹੋਰ ਟਿੱਪਣੀ ਕਰ ਸਕਾਂਗੇ। ਜੀ ਤੇ ਅੱਗੇ ਆਪਾਂ ਜੀ, ਤੁਸੀਂ ਕਿਸ ਤਰ੍ਹਾਂ ਬਾਦਲ ਦੇ ਬਿਆਨ ਨੂੰ ਲੈ ਰਹੇ ਆ ਪ੍ਰਕਾਸ਼ ਸਿੰਘ ਦੇ ਨੂੰ, ਕਿ ਉਸਨੇ ਕਿਹਾ ਕਿ ਜਿਵੇਂ ਮੋਦੀ ਨੇ ਆਉਣਾ ਆ ਜੀ ਅਨੰਦਪੁਰ ਸਾਹਿਬ ਤੇ ਅਸੀਂ ਘਰ ਆਏ ਮਹਿਮਾਨ ਤੋਂ ਕੁਛ ਨੀ ਮੰਗਣਾ, ਤੁਸੀਂ ਕੀ ਸੋਚਦੇ ਆ ਕਿ ਕਿਸ ਤਰ੍ਹਾਂ ਤੁਸੀਂ ਇਸ ਨੂੰ ਲੈਂਦੇ ਆ ਇਸ ਬਿਆਨ ਨੂੰ? ਬਾਦਲ ਸਾਹਿਬ ਸਾਡੇ ਦੇਖੋ ਬੜੇ ਬਜ਼ੁਰਗ ਆਗੂ ਆ, ਦੇਸ਼ ਦੇ ਸਭ ਤੋਂ ਬਜ਼ੁਰਗ ਆਗੂਆਂ ਚ ਬਾਦਲ ਸਾਹਿਬ ਦਾ ਨਾਂ ਬੋਲਦਾ ਤੇ ਪੰਜਵੀਂ ਵਾਰ ਜੋਤੀ ਵਾਸੂ ਤੋਂ ਬਾਅਦ ਪੰਜਵੀਂ ਵਾਰ ਕਿਸੇ ਸੂਬੇ ਦੇ ਮੁੱਖ ਮੰਤਰੀ ਹੋਣਾ ਇਹ ਬਾਦਲ ਸਾਹਿਬ ਦੇ ਹਿੱਸੇ ਚ ਆਇਆ। ਅਸੀਂ ਜਿਹੜੀ ਉਹਨਾਂ ਦੀ ਬਜ਼ੁਰਗੀਅਤ ਹੈ ਉਹਦੀ ਕਦਰ ਕਰਦੇ ਆ, ਪਰ ਜਿਹੜੀ ਉਹਨਾਂ ਦੀ ਰਾਜਨੀਤੀ ਹੈ, ਜਿਹੜੀ ਉਹਨਾਂ ਦੀ ਪੋਲੀਟਿਕਸ ਹੈ, ਉਹਦੀ ਲਾਜ਼ਮੀ ਤੌਰ ਦੇ ਉੱਤੇ ਸਾਨੂੰ ਇੱਕ ਵਿੱਚ ਤੇ ਰਹਿ ਕੇ ਨੁਕਤਾਚੀਨੀ ਕਰਨੀ ਪੈਂਦੀ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਹੈ ਵੀ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਰਪ੍ਰਸਤ ਨੇ ਤੇ ਸ਼੍ਰੋਮਣੀ ਅਕਾਲੀ ਆਪਣੀ ਸਿਧਾਂਤਕ ਫੈਸਲੇ ਬਹੁਤ ਦੇਰ ਪਹਿਲਾਂ ਹੀ ਛੱਡ ਦਿੱਤੇ। ਸ਼੍ਰੋਮਣੀ ਅਕਾਲੀ ਨੂੰ 30-35-40 ਸਾਲ ਹੋ ਗਏ ਜਦੋਂ ਤੋਂ ਉਹਨਾਂ ਨੇ ਜਲ ਸਿੰਘ ਦੇ ਨਾਲ ਯਾਰੀ ਪਾਈ ਹੈ ਤੇ ਉਹ ਸਾਰੇ ਤੁਹਾਡੀ ਆਵਾਜ਼ ਨੀ ਆਉਂਦੀ। ਸਾਡੇ ਘਰ ਕੋਈ ਆਵੇ, ਉਹ ਸਾਡੇ ਲਈ ਕੁਝ ਲੈ ਕੇ ਆਵੇ, ਅਸੀਂ ਇਹ ਉਮੀਦ ਰੱਖੀਏ, ਇਹ ਸਾਡੀ ਇੱਕ ਰਵਾਇਤ ਹੈ। ਪਰ ਜੇ ਤੁਸੀਂ ਪੋਲੀਟਿਕਸ ਚ ਦੇਖੋ ਜਾਂ ਸੱਤਾ ਚ ਦੇਖੋ ਤੇ ਏਦਾਂ ਨਹੀਂ ਹੁੰਦਾ। ਤੁਸੀਂ ਜੇ ਸਿਆਸਤ ਵਿੱਚ ਦੇਖੋ, ਜੇ ਕੋਈ ਵੀ ਸੂਬੇ ਦਾ ਮੁੱਖ ਮੰਤਰੀ ਵੀ ਕਿਸੇ ਪਿੰਡ ਦੇ ਵਿੱਚ ਜਾਂਦਾ, ਸਟੇਜ ਲਾਉਂਦਾ, ਜਾ ਕੇ ਪਿੰਡ ਦੇ ਵਿੱਚ ਉੱਥੇ ਉਹਦਾ ਭਾਸ਼ਣ ਹੁੰਦਾ ਤੇ ਪਿੰਡ ਵਾਲੀ ਪੰਚਾਇਤ ਜਿਹੜੀ ਮੈਂ ਕਹਿੰਦਾ ਮੰਗ ਪੱਤਰ ਉਹਦੇ ਸਾਹਮਣੇ ਰੱਖ ਲਈਏ, ਭਾਈ ਸਾਡੇ ਪਿੰਡ ਦੀਆਂ ਪ੍ਰੋਬਲਮਸ ਹੈ ਜੀ। ਏਦਾਂ ਹੀ ਜਦੋਂ ਦਿੱਲੀਓ ਕੋਈ ਮੁੱਖ ਮੰਤਰੀ, ਦਿੱਲੀ ਕੋਈ ਚੀਫ ਪ੍ਰਾਈਮ ਮਿਨਿਸਟਰ ਆਉਂਦਾ, ਡਾਕਟਰ ਮਨਮੋਹਨ ਸਿੰਘ ਆਉਂਦੇ ਰਹੇ ਆ, ਜਾਂ ਕੋਈ ਵੀ ਪ੍ਰਾਈਮ ਮਿਨਿਸਟਰ ਆਉਂਦਾ, ਸੂਬੇ ਦਾ ਮੁੱਖ ਮੰਤਰੀ ਲੰਬੀ ਸਾਰੀ ਲਿਸਟ ਮੂਹਰੇ ਰੱਖਦਾ ਵੀ ਪ੍ਰਧਾਨ ਮੰਤਰੀ ਸਾਹਿਬ ਆਹ ਸਾਡੇ ਪੰਜਾਬ ਦੀ ਤਕਲੀਫ ਹੈ ਇਹਨੂੰ ਦੂਰ ਕਰੋ, ਤੇ ਬਾਦਲ ਸਾਹਿਬ ਕਹਿੰਦੇ ਵੀ ਨਹੀਂ ਜੀ ਮਹਿਮਾਨ ਆਉਣੇ ਆ, ਤੇ ਮਹਿਮਾਨ ਕਿੱਦਾਂ ਹੋ ਗਏ? ਦੇਸ਼ ਦੇ ਪ੍ਰਧਾਨ ਮੰਤਰੀ ਆ, ਕਾਹਦੇ ਮਹਿਮਾਨ ਹੈ? ਲੋਕਾਂ ਨੇ ਹੱਥਾਂ ਤੇ ਚੁੱਕ ਲਿਆ ਨਰਿੰਦਰ ਮੋਦੀ ਨੂੰ, ਸਿਰ ਤੇ ਬਿਠਾ ਲਿਆ, ਅੱਖਾਂ ਵਿਛਾਤੀਆਂ, ਸਾਲ ਹੋ ਗਿਆ ਪੰਜਾਬ ਕੀ ਸਾਰੇ ਦੇਸ਼ ਲਈ ਕੁਛ ਕੋਈ ਕੀਤਾ ਨੀ ਕੀਤਾ ਵੱਖਰੀ ਥਾਂ ਦੇ ਉੱਤੇ, ਪੰਜਾਬ ਜਿੱਥੇ ਖੁਦ ਦਾ ਆਪਣਾ ਰਾਜ ਆ ਬੀਜੇਪੀ ਦਾ ਅਕਾਲੀਆਂ ਨਾਲ ਰਲ ਕੇ, ਉਸ ਪੰਜਾਬ ਲਈ ਇੱਕ ਰੁਪਏ ਦੀ ਜਿਹੜੀ ਮਦਦ ਹੈ ਨਹੀਂ ਕੀਤੀ ਹਾਲੇ ਤੱਕ, ਤੇ ਆਰਥਿਕ ਪੈਕੇਜ ਤਾਂ ਬਹੁਤ ਦੂਰ ਦੀ ਗੱਲ ਹੈ। ਤੇ ਇਹੀ ਬਾਦਲ ਸਾਹਿਬ ਹੈ ਜਿਹੜੇ ਅੱਜ ਤੋਂ 2 ਮਹੀਨੇ 1.5 ਮਹੀਨੇ ਪਹਿਲਾਂ 1-2-4 ਵਾਰੀ ਕਹਿ ਚੁੱਕੇ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਲ ਦਿੰਦੇ, ਸਾਲ ਤੇ ਇੱਕ ਵਾਰੀ ਮਿਲੇ ਆ ਪ੍ਰਧਾਨ ਮੰਤਰੀ ਬਾਦਲ ਸਾਹਿਬ ਨੂੰ, ਉਹ ਵੀ ਥੋੜੇ ਸਮੇਂ ਵਾਸਤੇ। ਜਿਹਨਾਂ ਕੋਲ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਨਹੀਂ, ਉਹ ਆਵਾਂਗੇ ਅਨੰਦਪੁਰ ਸਾਹਿਬ ਦੀ ਜਸ਼ਨ ਕੇ ਸਟਾਫ ਦਾ ਦਿਵਸ ਮਨਾਉਣਾ, ਉੱਥੇ ਬੁਲਾਇਆ ਨਰਿੰਦਰ ਮੋਦੀ ਨੂੰ। ਪਹਿਲੀ ਗੱਲ ਤਾਂ ਲੌਜਿਕ ਕੀ ਹੈ? ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਤੇ ਪ੍ਰਧਾਨ ਮੰਤਰੀ ਨੂੰ ਬੁਲਾਉਣ ਦਾ ਲੌਜਿਕ ਕੀ ਹੈ? ਇਹੀ ਜੀ ਸਮਝ ਆਉਂਦਾ ਮੈਨੂੰ ਤਾਂ। ਜੇ ਉਹ ਬੁਲਾ ਹੀ ਲਏ ਆ ਤੇ ਫਿਰ ਤੁਸੀਂ ਉਹਨਾਂ ਤੋਂ ਮੰਗਣਾ ਕਿਉਂ ਨੀ ਬਈ? ਤੁਸੀਂ ਦੱਸੋ ਪੰਜਾਬ ਦੀਆਂ ਤਕਲੀਫਾਂ ਆਏ, ਪੰਜਾਬ ਦਾ ਡੁੱਬ ਚੱਲਾ, ਪੰਜਾਬ ਮਰ ਚੱਲਾ, ਤੇ ਉਹਦੇ ਵਾਸਤੇ ਕੇਂਦਰ ਜ਼ਿੰਮੇਵਾਰ ਹੈ ਸਿੱਧੇ ਤੌਰ ਤੇ। ਸਿਰਫ ਇਹੀ ਰਾਗ ਲਾਪੀ ਜਾਓ ਕਿ UPA ਦੀ ਗਵਰਨਮੈਂਟ ਸੀ ਜੀ, ਕਾਂਗਰਸ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ। ਠੀਕ ਹੈ, ਕਾਂਗਰਸ ਨੇ ਬਹੁਤ ਸਮਾਂ ਰਾਜ ਕੀਤਾ, ਪਰ ਪੰਜਾਬ ਦੇ ਵਿੱਚ ਤਾਂ ਲਗਭਗ ਬਰਾਬਰ ਦਾ ਰਾਜ ਰਿਹਾ ਅਕਾਲੀਆਂ ਦਾ। 60 ਸਾਲਾਂ ਦੇ ਵਿੱਚੋਂ 25-30 ਸਾਲ ਤਾਂ ਅਕਾਲੀਆਂ ਨੇ ਵੀ ਤਾਂ ਰਾਜ ਕੀਤਾ ਨਾ ਪੰਜਾਬ 'ਚ, ਤੇ ਦਿੱਲੀ 'ਚ ਵੀ 3-4 ਵਾਰੀ NDA ਦੀ ਗਵਰਨਮੈਂਟ ਰਹੀ ਹੈ, ਯੂਨਾਈਟਿਡ ਫਰੰਟ ਦੀਆਂ ਵੱਖਰੀਆਂ ਗਵਰਨਮੈਂਟ ਰਹੀਆਂ। ਇਸ ਕਰਕੇ ਕਿਸੇ ਤੇ ਦੋਸ਼ ਲਾਉਣ ਦੀ ਥਾਂ ਦੇ ਉੱਤੇ ਜਿਹੜੀ ਤੁਹਾਡੀ SLA ਦੀ ਸਰਕਾਰ, ਪੰਜਾਬ 'ਚ ਤੁਹਾਡੀ ਸਰਕਾਰ, ਹਰਿਆਣੇ 'ਚ ਤੁਹਾਡੀ ਸਰਕਾਰ, ਰਾਜਸਥਾਨ 'ਚ ਤੁਹਾਡੀ ਸਰਕਾਰ, ਦਿੱਲੀ 'ਚ ਤੁਹਾਡੀ ਸਰਕਾਰ, ਫਿਰ ਵੀ ਜੇ ਪੰਜਾਬ ਨੂੰ ਕੁਛ ਨੀ ਮਿਲ ਰਿਹਾ, ਇਹਦਾ ਜ਼ਿੰਮੇਵਾਰ ਕੌਣ ਹੈ? ਇਹ ਗੱਲਾਂ ਕਰਨੀਆਂ ਚਾਹੀਦੀਆਂ ਪ੍ਰਧਾਨ ਮੰਤਰੀ ਦੇ ਸਾਹਮਣੇ। ਸਿਰਫ ਪ੍ਰਧਾਨ ਮੰਤਰੀ ਦੇ ਲੱਛੇਦਾਰ ਭਾਸ਼ਣ ਸੁਣਨੇ ਤੇ ਬਾਦਲ ਸਾਹਿਬ ਦੀ ਮਖੌਲੀਆ ਜਿਹੜੀ ਰਾਜਨੀਤੀ ਹੈ, ਇਹਨੇ ਪੰਜਾਬੀਆਂ ਦਾ ਢਿੱਡ ਨਹੀਂ ਭਰਨਾ ਜੀ। ਹਾਂਜੀ, ਬਿਲਕੁਲ, ਸਤਿਆਨਾਸ਼ ਕਰ ਦਿੱਤਾ ਮਖੌਲੀਆ ਰਾਜਨੀਤੀ ਨੇ। ਤੇ ਅੱਗੇ ਆਪਾਂ ਜੀ ਆਮ ਆਦਮੀ ਪਾਰਟੀ ਦੀ ਕਈ ਵਾਰ ਗੱਲ ਕੀਤੀ ਆ ਕਿ ਉਹਨਾਂ ਨੇ ਆਪਣਾ ਢਾਂਚਾ ਆ ਜਿਹੜਾ ਪੰਜਾਬ ਦੇ ਵਿੱਚ ਬਣਾਉਣਾ ਸੀਗਾ, ਕਿਉਂਕਿ ਅੱਗੇ ਚੋਣਾਂ ਆ ਰਹੀਆਂ ਜੀ 2017 ਦੇ ਵਿੱਚ, ਤੇ ਉਹਨਾਂ ਦਾ ਢਾਂਚਾ ਕਿੰਨਾ ਕੁ ਬਣਿਆ?
ਦੇਖੋ ਆਮ ਆਦਮੀ ਪਾਰਟੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਚ ਹਾਲੇ ਵੀ ਸਾਰੀਆਂ ਗੱਲਾਂ ਦੇ ਬਾਵਜੂਦ ਲੋਕਾਂ ਚ ਹਾਲੇ ਵੀ ਇੱਕ ਕਰੇਜ਼ ਹੈ, ਇੱਕ ਉਮੀਦ ਹੈ। ਪਰ ਬਦਕਿਸਮਤੀ ਇਹ ਹੈ ਇਸ ਪਾਰਟੀ ਦੀ ਕਿ ਜਿਹੜੀ ਅਸੀਂ ਸ਼ੁਰੂ ਤੋਂ ਗੱਲ ਉਠਾਉਂਦੇ ਆਏ ਹਾਂ ਵੀ ਇਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ, ਉਸ ਲੀਡਰਸ਼ਿਪ ਦਾ ਵਿਜ਼ਨ ਜਿਹੜਾ ਆ ਉਹ ਸਪਸ਼ਟ ਨਹੀਂ ਹੈ। ਉਹਦੇ ਕਾਰਨ ਉਹ ਇੱਥੇ ਪਏ, ਉਹਦੀ ਜੜ, ਉਹਦੇ ਕਾਰਨਾਂ ਦੀ ਜਿਹੜੀ ਜੜ ਇਹ ਹੈ ਵੀ ਇਹ ਪਾਰਟੀ ਵੀ ਬਾਕੀ ਪਾਰਟੀਆਂ ਵਾਂਗ ਇੱਕ ਵਿਅਕਤੀ ਵਿਸ਼ੇਸ਼ ਤੇ ਮੁਨਸਰ ਕਰਨ ਲੱਗ ਪਈ ਹੈ। ਮਤਲਬ ਅਰਵਿੰਦ ਕੇਜਰੀਵਾਲ ਜੋ ਕਹਿ ਦੇਣਗੇ ਉਹ ਹੋਏਗਾ। ਹੁਣ ਅਰਵਿੰਦ ਕੇਜਰੀਵਾਲ ਨੂੰ ਤਾਂ ਦਿੱਲੀ ਤੋਂ ਵੇਲ, ਅਰਵਿੰਦ ਕੇਜਰੀਵਾਲ ਤਾਂ ਮੁਸ਼ਕਲ ਚ ਫਸੇ ਹੋਏ ਆ ਇਸ ਵੇਲੇ, ਉੱਥੇ ਉਹਨਾਂ ਦੀ ਉਪ ਰਾਜਪਾਲ ਦੇ ਨਾਲ ਜੰਗ ਚੱਲ ਰਹੀ ਹੈ, ਨਜੀਬ ਜੰਗ ਦੇ ਨਾਲ। ਉਹਨੇ ਬਿਹਾਰ ਤੋਂ 5 ਜਿਹੜੇ ਪੁਲਿਸ ਆਫਿਸਰ ਉਹਨਾਂ ਨੇ ਡੈਪੂਟੇਸ਼ਨ ਤੇ ਲੈਣ ਦੇ, ਉਹਦੇ ਕਰਕੇ ਨਵਾਂ ਰੇਡਕਾ ਪੈਦਾ ਹੋ ਗਿਆ। ਉੱਥੇ ਅਰਵਿੰਦ ਕੇਜਰੀਵਾਲ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਅਸੀਂ ਇਸ ਗੱਲ ਦੇ ਹੱਕ 'ਚ ਹਾਂ ਕਿ ਅਰਵਿੰਦ ਕੇਜਰੀਵਾਲ ਚੁਣੇ ਹੋਏ ਉੱਥੋਂ ਦੇ ਮੁੱਖ ਮੰਤਰੀ ਹੈ, ਉਹਨਾਂ ਨੂੰ ਕੰਮ ਕਰਨ ਦਿੱਤਾ ਜਾਏ, ਪਰ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਜਿਹੜੀ ਉਹਨਾਂ ਦੀ ਥਿੰਕ ਟੈਂਕ ਸੀਗੇ ਆਮ ਆਦਮੀ ਪਾਰਟੀ ਦੀ, ਅਰਵਿੰਦ ਕੇਜਰੀਵਾਲ ਦੇ ਨਾਲ ਜਿਹੜੇ ਸੀਗੇ, ਜਿਨ੍ਹਾਂ ਨੇ ਇਸ ਪਾਰਟੀ ਨੂੰ ਇਸ ਮੁਕਾਮ ਤੱਕ ਪਹੁੰਚਾਇਆ, ਉਹ ਪਾਰਟੀ ਤੋਂ ਬਾਹਰ ਕਰ ਦਿੱਤੇ ਗਏ। ਹੁਣ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵਿਅਕਤੀ ਜਿਹੜਾ ਪੰਜਾਬ ਦੀ ਲੀਡਰਸ਼ਿਪ ਜਿਹੜੀ ਆਮ ਆਦਮੀ ਪਾਰਟੀ ਉਹਨੂੰ ਕੋਈ ਡਾਇਰੈਕਸ਼ਨ ਦੇ ਸਕੇ, ਕੋਈ ਦਿਸ਼ਾ ਦੇ ਸਕੇ। ਸੰਜੇ ਸਿੰਘ ਨੂੰ ਲਾਇਆ ਪੰਜਾਬ ਦੇ ਵਿੱਚ, ਸੰਜੇ ਸਿੰਘ ਕੋਲ ਵਕਤ ਹੀ ਨਹੀਂ ਹੈਗਾ। ਉਹ ਇੱਕ ਅੱਧੀ ਵਾਰੀ ਪੰਜਾਬ ਦੇ ਦੌਰੇ ਤੇ ਆਏ, ਆ ਕੇ ਉਹਨਾਂ ਨੇ ਕਹਿਤਾ ਵੀ ਪੰਜਾਬ ਦੇ ਵਿੱਚ ਜਿਹੜਾ ਜਥੇਬੰਦਕ ਢਾਂਚਾ ਉਸਾਰਿਆ ਜਾਏਗਾ, ਇਹਦਾ ਮਤਲਬ ਕਨਵੀਨਰ ਜਿਹੜੇ ਨੇ ਸੁੱਚਾ ਸਿੰਘ ਛੋਟੇ ਪੁੱਤ, ਉਹਨਾਂ ਨੂੰ ਸਾਈਡਲਾਈਨ ਕਰਕੇ ਪੂਰੀ ਦਾ ਪੂਰਾ ਸਟਰਕਚਰ ਖੜਾ ਕੀਤਾ ਜਾਏਗਾ। ਉਹਨੂੰ ਸਟਰਕਚਰ ਖੜਾ ਕਰਨ ਵਾਸਤੇ ਤੁਹਾਡੀ ਪਾਲਿਸੀ ਕੀ ਆ ਜਾਂ ਤੁਹਾਡੇ ਕੋਲ ਜਿਹੜਾ ਆ ਇੱਕ ਪ੍ਰੋਗਰਾਮ ਕੀ ਆ, ਉਹਦਾ ਖੁਲਾਸਾ ਅੱਜ ਤੱਕ ਨਹੀਂ ਹੋਇਆ। ਚਾਰਾਂ ਐਮਪੀਆਂ ਦੇ ਜਿਹੜੇ ਚਾਰ ਦਿਸ਼ਾਵਾਂ ਵਾਂਗ ਮੂੰਹ ਵੱਖਰੇ ਵੱਖਰੇ ਆ। ਸੋ ਇਸ ਕਰਕੇ ਪੰਜਾਬੀਆਂ ਦੀ ਉਮੀਦ ਜਿਹੜੀ ਹੈ ਉਹ ਉਮੀਦ ਹਾਲੇ ਵੀ ਕਾਇਮ ਆ ਆਮ ਆਦਮੀ ਪਾਰਟੀ ਪ੍ਰਤੀ। ਪਰ ਆਮ ਆਦਮੀ ਪਾਰਟੀ ਦਾ ਜਥੇਬੰਦਕ ਢਾਂਚਾ, ਅਨੁਸ਼ਾਸਕ ਢਾਂਚਾ ਜਾਂ ਬਾਕੀ ਜਿਹੜਾ ਇੱਕ ਸਟਰਕਚਰ ਬਣਨਾ ਚਾਹੀਦਾ ਉਹ ਹਾਲੇ ਵੀ ਨਹੀਂ ਬਣ ਪਾ ਰਿਹਾ, ਜਿਹੜਾ ਉਹਨਾਂ ਵਾਸਤੇ ਨੁਕਸਾਨਦੇਹ ਸਾਬਤ ਹੋਏਗਾ। ਸਿਰਫ ਚੋਣਾਂ ਲੜਨ ਦੇ ਨਾਂ ਤੇ 2017 ਦੀ ਚੋਣਾਂ 'ਚ 117 MLA ਤੁਸੀਂ ਆਪਣੇ ਖੜੇ ਕਰ ਦਿਓ, ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ। ਆਪ ਮੁਹਾਰੇ ਚੋਣਾਂ ਜਿਹੜਾ ਜਿਤਾਈਆਂ ਲੋਕਾਂ ਨੇ, ਆਮ ਆਦਮੀ ਪਾਰਟੀ ਦੇ 4 MP ਜਿਤਾਏ, ਉਹ ਰਿਪੀਟ ਨਹੀਂ ਹੁੰਦਾ ਕਦੀ ਵੀ। ਜਿਹੜਾ ਇਸ ਤਰ੍ਹਾਂ ਦਾ ਆਪ ਮੁਹਾਰਤਾ ਹੁੰਦੀ ਹੈ ਉਹ ਇੱਕ ਵਾਰੀ ਆ ਜਾਂਦੀ ਹੈ, ਦੋ ਵਾਰੀ ਆ ਜਾਂਦੀ ਹੈ, ਉਹ 4 MP ਤਾਂ ਜਿਤਾ ਤੇ, ਪਰ 117 ਕੈਂਡੀਡੇਟ ਲੱਭਣੇ ਤੁਹਾਡੇ ਵਾਸਤੇ ਬਹੁਤ ਔਖੇ ਹੈ। ਆਮ ਆਦਮੀ ਪਾਰਟੀ ਜਿੱਦਣ 117 ਉਮੀਦਵਾਰ ਲੱਭਣ ਤੁਰੇਗੀ ਪੰਜਾਬ ਦੇ ਵਿੱਚ, ਉਦਣ ਪਤਾ ਲੱਗੇਗਾ ਦਿੱਕਤ ਕੀ ਹੁੰਦੀ ਹੈ। ਇੱਥੇ ਦੀਆਂ ਜਿਹੜੀਆਂ ਬਹੁਤ 130 ਸਾਲ ਪੁਰਾਣੀਆਂ ਪਾਰਟੀਆਂ ਉਹਨਾਂ ਵਾਸਤੇ 117 MLA ਜਿਹੜੇ ਆ ਉਹਨਾਂ ਦੇ ਉਮੀਦਵਾਰ ਜਿਹੜੇ ਲੱਭਣੇ ਔਖੇ ਹੋ ਜਾਂਦੇ ਆ। ਤੇ ਇਹ ਬਿਲਕੁਲ ਨਵੀਂ ਪਾਰਟੀ ਹੈ, ਜਿੰਨੀ ਦੇਰ ਤੱਕ ਇਹ ਪਾਰਟੀ ਸੱਚਮੁੱਚ ਇੱਕ ਅਨੁਸ਼ਾਸਨੀ ਤਰੀਕੇ ਦੇ ਨਾਲ ਆਪਣਾ ਜਥੇਬੰਦਕ ਢਾਂਚਾ ਨਹੀਂ ਬਣਾ ਲੈਂਦੀ, ਉਨੀ ਦੇਰ ਤੱਕ ਇਸ ਪਾਰਟੀ ਦੀ ਕਾਰਗੁਜ਼ਾਰੀ ਤੇ ਕੁਐਸਚਨ ਮਾਰਕ ਲੱਗਿਆ ਰਹੇਗਾ। ਲੋੜ ਇਸ ਗੱਲ ਦੀ ਹੈ ਦਿੱਲੀ ਤੋਂ ਬਾਹਰ ਨਿਕਲ ਕੇ ਇੱਕ ਲੀਡਰਸ਼ਿਪ ਨਵੀਂ ਜਿਹੜੀ ਡਿਵੈਲਪ ਕੀਤੀ ਜਾਣੀ ਹੈ, ਉਹਦੇ ਵੱਲ ਆਮ ਆਦਮੀ ਪਾਰਟੀ ਬਕਾਇਦਾ ਧਿਆਨ ਦੇਵੇ ਜੀ। ਜੀ, ਤੇ ਅੱਗੇ ਆਪਾਂ ਜੀ ਗੱਲ ਕਰਦੇ ਹਾਂ, ਮਨੀਪੁਰ ਦੇ ਵਿੱਚ ਹਮਲਾ ਹੋ ਗਿਆ, ਉਸ ਦੇ ਵਿੱਚ 18-20 ਜਿਹੜੇ ਸਾਡੇ ਫੌਜੀ ਆ ਉਹ ਹਲਾਕ ਹੋ ਗਿਆ। ਜੰਮੂ ਦੇ ਵਿੱਚ ਜਿਸ ਤਰ੍ਹਾਂ ਸਿੱਖ ਆ ਉਹ ਹਰੇਕ ਸਾਲ ਉੱਥੇ ਜਿਹੜਾ ਰੋਸ ਮੁਜ਼ਾਹਰਾ ਹੁੰਦਾ ਉਹ ਕਰ ਰਹੇ ਸੀ, ਉਸ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਮੌਤ ਹੋ ਗਈ ਆ, ਉਸ ਦੇ ਗੋਲੀ ਮਾਰੀ ਗਈ ਆ। ਕੀ ਕਾਰਨ ਕੀ ਆ ਕਿ ਇੰਨੀ ਅਸ਼ਾਂਤੀ ਫੈਲੀ ਹੋਈ ਆ ਭਾਰਤ ਦੇ ਵਿੱਚ? ਬੜਾ ਵਧੀਆ ਤੁਹਾਡਾ ਸਵਾਲ ਹੈ। ਅਸਲ ਦੇ ਵਿੱਚ ਇਹ ਚੀਜ਼ਾਂ ਇੱਕ ਦੂਜੇ ਨਾਲ ਰਿਲੇਟ ਕਰਦੀਆਂ। ਮਣੀਪੁਰ ਤੋਂ ਜੰਮੂ ਤੱਕ ਇਹ ਭਾਰਤ ਇੱਕ ਹੈ, ਜਿਸ ਭਾਰਤ ਦੀ ਦੁਹਾਈ ਅਸੀਂ ਦਿੰਦੇ ਹਾਂ ਵਾਰ ਵਾਰ ਵੀ ਅਨੇਕਤਾ 'ਚ ਅਨੇਕਤਾ ਵਾਲਾ ਭਾਰਤ ਹੈ ਜੀ, ਮਲਟੀਕਲਚਰਡ ਸਾਡਾ ਮੁਲਕ ਹੈ, 6,000 ਜਾਤਾਂ ਤੇ 21,000 ਉਪਜਾਤਾਂ ਵਾਲਾ ਸਾਡਾ ਮੁਲਕ ਹੈ, ਇਹਦੀ ਵਿਸ਼ਾਲ ਵੰਨਸਵੰਨਤਾ ਦੇ ਬਾਵਜੂਦ ਭਾਰਤ ਇੱਕ ਹੈ ਤੇ ਦੁਨੀਆਂ 'ਚ ਅਸੀਂ ਦਾਅਵਾ ਕਰਦੇ ਹਾਂ ਕਿ ਦੁਨੀਆਂ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹਿੰਦੁਸਤਾਨ ਹੈ। ਪਰ ਇਹ ਦਾਅਵੇ ਜਿਹੜੇ ਆ ਪ੍ਰੈਕਟੀਕਲੀ ਜਦੋਂ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਇਹ ਨਜ਼ਰ ਆਏਗਾ ਕਿ ਇਹ ਦਾਅਵੇ ਕਾਗਜ਼ੀ ਹੈ। ਕਾਰਨ ਉਹਦਾ ਇਹ ਹੈ ਵੀ ਅਸੀਂ ਇੱਕ ਮੁਲਕ ਦੇ ਵਿੱਚ ਇੱਕ ਵਿਵਸਥਾ ਕਾਇਮ ਨਹੀਂ ਕਰ ਸਕੇ। ਕੀ ਲੋੜ ਪੈ ਗਈ ਤੁਹਾਨੂੰ ਕਿ ਜੰਮੂ ਕਸ਼ਮੀਰ 'ਚ ਤੁਸੀਂ ਅਫਸਰ ਲਾਇਆ ਹੋਇਆ, ਜਿਹੜਾ ਫੌਜੀ ਜਿਹੜੇ ਆ ਉਹਨਾਂ ਨੂੰ ਫੌਜ ਨੂੰ ਜਿਹੜਾ ਬਹੁਤ ਜ਼ਿਆਦਾ ਅਖਤਿਆਰ ਦਿੰਦਾ, ਜਦੋਂ ਮਰਜ਼ੀ ਜਿਹਦੇ ਮਰਜ਼ੀ ਗੋਲੀ ਮਾਰ ਦੋ, ਕੋਈ ਪੁੱਛ ਗਿੱਛ ਨਹੀਂ? ਕੀ ਕਾਰਨ ਹੈ ਕਿ ਮਣੀਪੁਰ ਦੇ ਵਿੱਚ ਵੀ ਤੁਸੀਂ ਅਫਸਰ ਲਾਇਆ ਹੋਇਆ, ਜਿੱਥੇ ਅਰੋਮਾ ਸ਼ਰਮੀਲਾ ਅਰੋਮ ਨਾਂ ਦੀ ਜਿਹੜੀ ਬੱਚੀ ਆ, ਲੜਕੀ ਆ, ਜਿਹੜੀ 18 ਸਾਲ ਤੋਂ ਭੁੱਖ ਹੜਤਾਲ ਤੇ ਹੈ? ਅਸੀਂ ਤਾਂ ਬਾਪੂ ਸੂਰਤ ਸਿੰਘ ਖਾਲਸਾ ਦੀ ਗੱਲ ਕਰਦੇ ਹਾਂ ਨਾ ਵੀ 140-141 ਦਿਨ ਤੋਂ ਭੁੱਖ ਹੜਤਾਲ ਤੇ ਹੈ ਜੀ, ਉਹਦੇ 18 ਸਾਲ ਤੋਂ ਕੁੜੀ ਇੱਕ ਭੁੱਖ ਹੜਤਾਲ ਤੇ, ਕਿਉਂ ਵੀ ਇੱਥੋਂ ਫੌਜੀ ਰਾਜ ਹਟਾ ਦਿਓ ਮਣੀਪੁਰ ਤੋਂ, ਪਰ ਨਹੀਂ ਹਟਾਇਆ ਜਾ ਰਿਹਾ। ਉਹਨੂੰ ਮਰਦ ਵੀ ਨਹੀਂ ਦਿੰਦੇ, ਜਦੋਂ ਮਰਦ ਲੱਗਦੀ ਹੈ ਚੱਕ ਕੇ ਹਸਪਤਾਲ ਲੈ ਜਾਂਦੇ ਆ ਤੇ ਉਹ ਲਾ ਕੇ ਪਾਈਪ ਵਗੈਰਾ, ਉਹਨੂੰ ਫੂਡ ਪਾਈਪ ਲਾ ਕੇ ਉਹਨੂੰ ਜ਼ਬਰਦਸਤੀ ਖੁਰਾਕ ਦਿੰਦੇ ਆ। ਜਦੋਂ ਉਹ ਥੋੜਾ ਹੋਸ਼ ਹੁੰਦਾ ਉਹ ਸੜੇ ਪਾਈਪ ਪੂਰੀ ਪਲਾ ਕੇ ਉਹ ਵਿਚਾਰੀ ਫਿਰ ਬਾਹਰ ਆ ਕੇ ਬਹਿ ਜਾਂਦੀ, ਉਹਦੀ ਕੋਈ ਨਹੀਂ ਸੁਣਦਾ। ਆ ਹੁਣ ਇਹ ਤ੍ਰਿਪੁਰਾ ਨੇ ਇੱਕ ਮਿਸਾਲ ਪੈਦਾ ਕੀਤੀ ਹੈ, ਤ੍ਰਿਪੁਰਾ ਨੇ ਬਕਾਇਦਾ ਉਹ ਜਿਹੜਾ ਅਫਸਫਾ ਕਾਨੂੰਨ ਸੀ ਲਾਹਤਾ,
ਉੱਥੋਂ ਦੇ ਜਿਹੜੇ ਮੁੱਖ ਮੰਤਰੀ ਆ ਮਾਨਕ ਸਰਕਾਰ, ਉਹਨਾਂ ਨੇ ਕਿਹਾ ਕਿ ਇਹਦੀ ਜ਼ਰੂਰਤ ਹੀ ਨੀ ਹੈਗੀ। ਉਹ ਇੱਕ ਸੱਚਮੁੱਚ ਚੰਗੀ ਗਵਰਨਮੈਂਟ ਹੈ, ਉਹਨੂੰ ਲੱਗਾ ਕਿ ਇਹਦੀ ਜ਼ਰੂਰਤ ਨੀ, ਉਹਨੇ ਉਹ ਕਾਨੂੰਨ ਖਤਮ ਕਰਤਾ। ਜੰਮੂ ਕਸ਼ਮੀਰ ਚ ਦੂਸਰੇ ਦਿਨ ਬਿਆਨ ਆ ਗਿਆ ਸਾਡੇ ਗ੍ਰਹਿ ਮੰਤਰੀ ਦਾ ਰਾਜਨਾਥ ਸਿੰਘ ਦਾ ਤੇ ਨਾਲ ਹੀ ਰੱਖਿਆ ਮੰਤਰੀ ਦਾ ਮਨੋਹਰ ਪਾਰੀਕਰ ਦਾ, ਵੀ ਨਹੀਂ ਜੀ ਜੰਮੂ ਕਸ਼ਮੀਰ ਚੋਂ ਇਹ ਕਾਨੂੰਨ ਨੀ ਲਾ ਸਕਦੇ ਅਸੀਂ। ਕਿਉਂ ਨੀ ਲਾ ਸਕਦੇ? ਕਿਉਂਕਿ ਅਸਲ ਦੇ ਵਿੱਚ ਬੇਈਮਾਨੀ ਹੈ। ਕੇਂਦਰ ਜਿਹੜਾ ਆ, ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹ ਵੀ ਤੇ ਜਿਹੜੀ ਇਹ ਸਰਕਾਰ ਹੈ ਤਾਂ ਪਿਛਲੀਆਂ ਸਰਕਾਰਾਂ ਨੂੰ ਵੀ ਜ਼ਿਆਦਾ ਸਾਰੀ ਤਾਕਤ ਕੇਂਦਰ ਕੋਲ ਰੱਖਣਾ ਚਾਹੁੰਦੇ ਆ। ਸੂਬਿਆਂ ਨਾਲ ਇਹਨਾਂ ਦਾ ਸੰਬੰਧ ਜਿਹੜਾ ਆ ਉਹ ਇੱਕ ਕਿਸਮ ਦਾ ਮਤਰੇਈ ਮਾਲ ਹੈ। ਤੁਸੀਂ ਜੰਮੂ ਕਸ਼ਮੀਰ ਦੇ ਜਿਹੜੇ ਲੋਕ ਆ ਉਹਨਾਂ ਦੀ ਰਾਏ ਤੋਂ ਬਿਨਾਂ ਚੱਲੋਗੇ ਤਾਂ ਇਹੀ ਹੋਊਗਾ। ਜੰਮੂ ਕਸ਼ਮੀਰ ਦੇ ਲੋਕ ਕੀ ਚਾਹੁੰਦੇ ਆ? ਇਹੀ ਚਾਹੁੰਦੇ ਆ ਵੀ ਸਾਨੂੰ ਸਾਡੇ ਮੁਤਾਬਕ ਜੀਣ ਦਿਓ। ਪੰਜਾਬ ਨੇ ਕੀ ਮੰਗਿਆ ਸੀ? ਪੰਜਾਬ ਨੇ ਇਹੀ ਮੰਗਿਆ ਸੀ ਨਾ ਵੀ ਸਾਨੂੰ ਖੁਦਮੁਖਤਿਆਰੀ ਦੇ ਦਿਓ। ਵੱਖਰੀ ਗੱਲ ਆ, ਲੜਾਈ ਜਿਹੜੀ ਆ ਉਹ ਗਲਤ ਪਾਸੇ ਨੂੰ ਚੱਲ ਗਈ। ਹੁਣ ਜਿੰਨੀ ਦੇਰ ਤੱਕ, ਮੇਰਾ ਇੱਥੇ ਕਹਿਣਾ ਇਹ ਆ ਵੀ ਜਿੰਨੀ ਦੇਰ ਤੱਕ ਹਿੰਦੁਸਤਾਨ ਦੇ ਵੱਖ ਵੱਖ ਸੂਬਿਆਂ ਨੂੰ ਉਹਨਾਂ ਦੇ ਅਧਿਕਾਰ ਨਾ ਦਿੱਤੇ ਜਾਣਗੇ, ਉਨੀ ਦੇਰ ਤੱਕ ਹਿੰਸਕ ਅੰਦੋਲਨ ਹਿੰਦੁਸਤਾਨ ਦੇ ਵੱਖ ਵੱਖ ਸੂਬਿਆਂ 'ਚ ਉੱਠਦੇ ਰਹਿਣਗੇ। ਕਿਤੇ ਗੋਰਖਾ ਲੈਣ ਦੀ ਮੰਗ ਉੱਠੇਗੀ, ਕਿਤੇ ਬੋਡੋ ਲੈਣ ਦੀ ਮੰਗ ਉੱਠੇਗੀ, ਕਿਤੇ ਖਾਲਿਸਤਾਨ ਦੀ ਮੰਗ ਉੱਠੇਗੀ, ਕਿਤੇ ਜੰਮੂ ਕਸ਼ਮੀਰ ਦੇ ਵਿੱਚੋਂ ਮੰਗ ਉੱਠੇਗੀ ਕਿ ਸਾਨੂੰ ਵੱਖ ਕਰ ਦਿਓ, ਕਿਤੋਂ ਨਾਗਾਲੈਂਡ ਤੋਂ ਮੰਗ ਉੱਠੇਗੀ ਵੀ ਸਾਨੂੰ ਨਾਗਾਲੈਂਡ ਤੋਂ ਵੱਖਰਾ ਕਰ ਦਿਓ। ਲੋੜ ਇਸ ਗੱਲ ਦੀ ਹੈ ਕਿ ਸੂਬਿਆਂ ਨੂੰ ਉਹਨਾਂ ਦੀ ਮਰਜ਼ੀ ਦੇ ਮੁਤਾਬਕ, ਉਹਨਾਂ ਨੂੰ ਬਕਾਇਦਾ ਜੋ ਚਾਹੁੰਦੇ ਆ, ਜਿਹੜੇ ਉਹਨਾਂ ਦੇ ਅਧਿਕਾਰ ਖੇਤਰ ਚ ਹੈ, ਉਹਨਾਂ ਨੂੰ ਉਹਨਾਂ ਦਾ ਜਿਹੜਾ ਓਵਰਆਲ ਜਿਹੜਾ ਸਾਡਾ ਬਜਟ ਹੈ ਨਾ ਜੀ ਓਵਰਆਲ, ਉਹਦੇ ਚੋਂ ਅਸੀਂ ਜਿੰਨਾ ਟੈਕਸਾਂ ਰਾਹੀਂ ਅਗਰਾਉਂਦੇ ਹਾਂ ਉਹ ਸਾਰਾ ਹੀ ਸੂਬਿਆਂ ਤੋਂ ਲੈ ਲੈਂਦੇ ਹਾਂ, ਦਿੱਲੀ ਲੈ ਜਾਂਦੀ ਹੈ ਤੇ ਉਹਦੇ ਵਿੱਚੋਂ ਪੁਆਇੰਟ ਇੱਕ ਨਹੀਂ ਵਾਪਸ ਕਰਦੀ। ਸੋ ਜਿੰਨੀ ਦੇਰ ਤੱਕ ਸਾਡੇ ਸੋਰਸਿਸ, ਸੂਬਿਆਂ ਦੇ ਸੋਰਸਿਸ, ਸੂਬਿਆਂ ਨੂੰ ਖਰਚਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਕਿ ਸੂਬੇ ਦੇ ਜਿਹੜੇ ਲੋਕ ਹੈ ਉਹਨਾਂ ਦੀ ਮਰਜ਼ੀ ਨਾਲ ਜੀਣ ਦੇ ਅਧਿਕਾਰ ਨਹੀਂ ਉਹਨਾਂ ਨੂੰ ਮਿਲਦੇ। ਇਹ ਅੰਦੋਲਨ ਹਿੰਸਕ ਕਿਸਮ ਦੇ ਅੰਦੋਲਨ ਚੱਲਦੇ ਰਹਿਣਗੇ, ਫੌਜ ਦੇ ਨਾਲ, ਆਰਮੀ ਦੇ ਨਾਲ, ਪ੍ਰੈਸ਼ਰ ਦੇ ਨਾਲ ਜਾਂ ਤਾਕਤ ਦੇ ਨਾਲ। ਜਿਹੜੀ ਆਵਾਜ਼ ਆ ਲੋਕਾਂ ਦੀ ਉਹ ਦਵਾਈ ਨਹੀਂ ਜਾ ਸਕਦੀ ਜੀ। ਅਤੇ ਜੀ ਮੇਰਾ ਆਖਰੀ ਸਵਾਲ ਹੋਊ, ਜਿਹੜਾ ਕਾਫੀ ਭੱਖ ਦਾ ਮਸਲਾ ਹੈ ਇਸ ਵੇਲੇ ਭਾਰਤ ਦੇ ਵਿੱਚ, ਕਿ ਜਿਹੜੀ ਮੈਗੀ ਆ, ਮੈਗੀ ਸਿਹਤ ਲਈ ਠੀਕ ਨਹੀਂ ਗੀ, ਤੇ ਇਸ ਵਿਵਾਦ ਦੇ ਵਿੱਚ ਹੋਰ ਵੀ ਕਈ ਸਵਾਲ ਪੈਦਾ ਹੁੰਦੇ ਆ ਤੇ ਹਰੇਕ ਰਾਜ ਦੇ ਵਿੱਚ ਇਸ ਤੇ ਪਾਬੰਦੀ ਆ, ਤੇ ਜੇ ਦੇਖਿਆ ਜਾਵੇ ਪੰਜਾਬ ਤੇ ਬਹੁਤ ਇਸ ਤੋਂ ਪਿੱਛੇ ਆ। ਤੁਸੀਂ ਇਸ ਨੂੰ ਕਿਸ ਤਰ੍ਹਾਂ ਸੋਚਦੇ ਆ? ਦੇਖੋ ਗੱਲ ਇਹ ਆ ਕਿ ਮੈਗੀ ਨੂਡਲਸ ਨੈਸਲੇ ਕੰਪਨੀ ਦਾ ਪ੍ਰੋਡਕਟ ਹੈ। ਇਹਨਾਂ ਦਿਨਾਂ ਚ ਇਹ ਵੀ ਖਬਰ ਆਈ ਕਿ ਨੈਸਲੇ ਦਾ ਪ੍ਰੋਡਕਟ ਹੈ, ਇੱਕ ਨੈਸਲੇ ਜਿਹੜਾ ਮਿਲਕ ਪਾਊਡਰ ਹੈ ਉਹਦੇ ਵਿੱਚ ਵੀ, ਅਸੀਂ ਖਬਰ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ 28 ਜਿਉਂਦੇ ਜੀਵ ਜਿਹਨੂੰ ਲਾਰਵਾ ਕਹਿੰਦੇ ਉਹ ਮਿਲੇ ਆ, ਤੇ ਜਿਹੜਾ ਚੌਲਾਂ ਨੂੰ ਘੁਣ ਲੱਗਦੀ ਹੁੰਦੀ ਹੈ ਇੱਕ ਸੁਸਰੀ ਟਾਈਪ, ਉਹ ਵੀ ਉਹਦੇ ਚ ਮਿਲੀ ਹੈ। ਅੱਛਾ, ਕੇਵਲ ਨੈਸਲੇ ਦਾ ਮਸਲਾ ਨਹੀਂ, ਇਹ ਤਾਂ ਹੁਣ ਸਾਡੇ ਗੱਲ ਸਾਹਮਣੇ ਆ ਗਈ। ਮੈਂ ਅਗਲੇ ਵੀਕ ਸ਼ਾਇਦ ਅਸੀਂ ਹੋਰ ਜ਼ਿਆਦਾ ਵਿਸਥਾਰ ਨਾਲ ਗੱਲ ਇੱਥੇ ਕਰਾਂਗੇ ਖਬਰ ਤੇ ਨਜ਼ਰ ਚ। ਇੱਕ ਰਿਪੋਰਟ ਆ ਰਹੀ ਹੈ ਇਹਨਾਂ ਦਿਨਾਂ ਚ, 80,000 ਪ੍ਰੋਡਕਟ ਹੈ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਚ ਇਸ ਤਰ੍ਹਾਂ ਲੋੜ ਤੋਂ ਜ਼ਿਆਦਾ ਕੈਮੀਕਲ ਜਿਹੜੇ ਵਰਤੇ ਗਏ। ਮੈਂ ਕੱਲ ਹੀ ਦੇਖ ਰਿਹਾ ਸੀ ਕੋਕ ਦਾ ਜਿਹੜਾ ਯੂਰਪ ਦਾ ਡਾਇਰੈਕਟਰ ਹੈ ਕੋਕਾ ਕੋਲਾ ਦਾ, ਕੋਕ ਜਿਹਨੂੰ ਕਹਿੰਦੇ ਆਪਾਂ, ਉਹਦੀ ਇੱਕ ਇੰਟਰਵਿਊ ਸ਼ਾਇਦ ਬਾਕੀ ਵੀ ਦੇਖ ਸਕਦੇ ਆ ਤੁਸੀਂ, ਯੂਟਿਊਬ ਤੇ ਸਰਚ ਕਰੋ ਤੇ ਤੁਹਾਨੂੰ ਮਿਲ ਜਾਏਗੀ। ਉਹਦੇ ਚ ਇੰਟਰਵਿਊ ਟੀਵੀ ਤੇ ਇੱਕ ਚੱਲ ਰਹੀ, ਉਹਦੇ ਚ ਇੰਟਰਵਿਊ ਕਰਨ ਵਾਲੇ ਨੇ ਸ਼ਰਮਸਾਰ ਕਰ ਦਿੱਤਾ ਉਹਨੂੰ, ਕੋਕ ਦੇ ਯੂਰਪ ਦੇ ਡਾਇਰੈਕਟਰ ਨੂੰ ਜੀ। ਜਦੋਂ ਉਹਨੇ ਸਾਬਤ ਕਰਦਾ ਵੀ ਤੁਹਾਡੀ ਜਿਹੜੀ ਵੱਡੀ ਬੋਟਲ ਹੈ ਉਹਦੇ ਵਿੱਚ 44 ਚਮਚ ਚੀਨੀ ਰਿਹਾ, ਤੇ ਜਿਹੜੇ ਰਸਾਇਣ ਪਾਏ ਗਏ ਕੋਕ ਦੇ ਵਿੱਚ ਵੱਖਰੇ ਆ। ਭਾਰਤ ਦੇ ਵਿੱਚ ਇਹ ਮਾਮਲਾ ਆਪਾਂ ਕਿਹਾ ਸੀ ਵੀ ਕੋਕ ਦੇ ਵਿੱਚ ਰਸਾਇਣ ਹੈ ਜਿਹੜੇ ਜਿਹੜੇ ਜੀਵਨ ਲਈ ਖਤਰਨਾਕ ਆ। ਅੱਜ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਕੋਕ ਤੇ ਪਾਬੰਦੀ ਹੈ ਤੇ ਭਾਰਤ ਦੇ ਹਰ ਥਾਂ ਦੇ ਉੱਤੇ ਸਕੂਲਾਂ ਚ ਵੀ ਕੋਕ ਮਿਲਦਾ ਜੀ। ਇਹਦਾ ਭਾਵ ਕੀ ਹੋਇਆ ਵੀ ਭਾਰਤ ਦੇ ਪਾਰਲੀਮੈਂਟ ਚ ਜਿਹੜੇ ਲੋਕ ਜਾਂਦੇ ਆ 544 ਬੰਦੇ, ਉਹ ਤਾਂ ਮਨੁੱਖ ਹੈ, ਬਾਕੀ ਸਾਰੇ ਕੀੜੇ ਮਕੌੜੇ ਆ ਵੀ ਹਿੰਦੁਸਤਾਨ ਦੇ ਬਾਕੀ ਲੋਕਾਂ ਨੂੰ ਮਾਰ ਦਿਓ। ਇਹ ਜਿਹੜੀ ਲੋਬੀਜ਼ ਕੰਮ ਕਰਦੀਆਂ, ਕਾਰਪੋਰੇਟ ਲੋਬੀਜ਼, ਚਾਹੇ ਉਹ ਕੋਕ ਦੀ ਹੈ ਚਾਹੇ ਨੈਸਲੇ ਦੀ ਹੈ, ਉਹਨਾਂ ਦਾ ਜਿਹੜਾ ਭਾਰਤ ਸਰਕਾਰ ਦੇ ਉੱਤੇ ਸ਼ਿਕੰਜਾ ਆ ਉਹ ਇਹਦੇ ਤੋਂ ਸਾਫ਼ ਦਿਖਾਈ ਦੇ ਰਿਹਾ। ਹੋਰ ਸੈਂਪਲ ਜਿੱਥੇ ਮਾੜੇ ਮੋਟੇ ਫੇਲ ਹੋ ਰਹੇ ਤੇ ਪਾਬੰਦੀ ਲਾਈ, ਪੰਜਾਬ ਨੇ ਤਾਂ ਹਾਲੇ ਵੀ ਪਾਬੰਦੀ ਨਹੀਂ ਲਾਈ। 80,000 ਪ੍ਰੋਡਕਟ ਦੀ ਮੈਂ ਗੱਲ ਕਰ ਰਿਹਾ, ਕਾਰਨ ਉਹਦਾ ਇਹ ਹੈ ਵੀ ਇੱਥੇ ਜਦੋਂ ਇੱਕ ਵਾਰ ਸੈਂਪਲਿੰਗ ਹੋ ਜਾਂਦੀ ਹੈ ਵੀ ਜਦੋਂ ਤੁਸੀਂ ਆਪਣਾ ਪ੍ਰੋਡਕਟ ਲਾਂਚ ਕਰਦੇ ਹੋ ਉੱਥੇ ਸੈਂਪਲ ਇੱਕ ਵਾਰੀ ਲੈ ਲਿਆ, ਠੀਕ ਹੈ ਜੀ, ਠੀਕ ਹੈ, ਗੱਲ ਮੁੱਕ ਗਈ ਕਿਉਂਕਿ ਕਾਰਪੋਰੇਟ ਲੌਬੀ ਹੈ। ਉਸ ਤੋਂ ਬਾਅਦ ਜਿਹੜਾ ਹਜ਼ਾਰਾਂ ਲੱਖਾਂ ਟਨ ਜਿਹੜਾ ਪ੍ਰੋਡਕਟ ਉਹ ਪੈਦਾ ਕੀਤਾ ਜਾਂਦਾ ਤੇ ਉਹ ਥੱਲੇ ਮਾਰਕੀਟ ਸੁੱਟਿਆ ਜਾਂਦਾ, ਉਹਦੇ ਤੇ ਕਿਸੇ ਕਿਸਮ ਦੀ ਕੋਈ ਚੈਕਿੰਗ ਨਹੀਂ, ਕੋਈ ਸਕੈਨਿੰਗ ਨਹੀਂ, ਕੋਈ ਸੈਂਪਲਿੰਗ ਨਹੀਂ। ਇਹ ਭਾਰਤ ਦੀ ਸਿਹਤ ਦੇ ਨਾਲ ਵੱਡਾ ਖਿਲਵਾੜ ਹੈ, ਭਾਰਤ ਦੇ ਭਵਿੱਖ ਨਾਲ ਖਿਲਵਾੜ ਹੈ। ਇਹਦੇ ਕਰਕੇ ਭਾਰਤ ਜੋ ਕੁਛ ਖਾ ਪੀ ਰਿਹਾ ਉਹ ਇੰਨਾ ਜ਼ਿਆਦਾ ਖਤਰਨਾਕ ਹੈ ਕਿ ਸਾਡਾ ਜਿਹੜਾ ਆਉਣ ਵਾਲਾ ਬੱਚਾ ਜਿਹੜਾ ਵੀ ਹੈ ਉਹ ਜਨਮ ਦੇ ਸਾਰ ਹਜ਼ਾਰਾਂ ਬਿਮਾਰੀਆਂ ਨਾਲ ਲੈ ਕੇ ਜਨਮਦਾ ਹੈ ਤੇ ਸਾਡੀ ਹਵਾ ਪ੍ਰਦੂਸ਼ਿਤ ਹੋ ਚੁੱਕੀ ਹੈ, ਸਾਡਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ, ਇਹਨਾਂ ਕਰਕੇ ਸਾਡਾ ਓਵਰਆਲ ਵਾਯੂਮੰਡਲ ਜਿਹੜਾ ਪ੍ਰਦੂਸ਼ਿਤ ਹੋ ਚੁੱਕਾ ਹੈ। ਸੋ ਜਿਹੜਾ ਡੂਬ ਰਿਹਾ ਅੱਜ ਦੇ ਭਾਰਤ ਦੇ ਵਿੱਚ ਇੱਦਾਂ ਦਾ ਆਬੋ ਹਵਾ ਸਾਡੀ ਇੱਥੇ ਕਰ ਦਿੱਤੀ ਗਈ ਹੈ ਤੇ ਇਹ ਸਾਰਾ ਕੁਝ ਮੁਨਾਫੇ ਦੀ ਲੁੱਟ ਤੇ ਆਧਾਰਿਤ ਹੈ। ਇਹ ਜਿਹੜਾ ਮੁਨਾਫੇ ਦੀ ਲਾਲਸਾ ਆ, ਲਾਲਚ ਜਿਹੜਾ ਆ,
ਮੁਲਕ ਦੇ ਲਾਲਚ ਨੇ ਸਾਨੂੰ ਇੱਥੇ ਤੱਕ ਪਹੁੰਚਾ ਦਿੱਤਾ ਕਿ ਸਰਕਾਰਾਂ ਇਹਦੇ ਵਿੱਚ ਇਨਵੋਲਵ ਨੇ। ਜੀ ਬਹੁਤ ਬਹੁਤ ਧੰਨਵਾਦ ਸੁਸ਼ੀਲ ਸਾਹ ਜੀ, ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਤੇ ਜੀ ਇਹ ਸਨ ਸਾਡੇ ਨਾਲ ਸੁਸ਼ੀਲ ਦਸਾਂਝ, ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ। ਮੈਂ ਬਲਵਿੰਦਰ ਕੌਰ ਵੱਲੋਂ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ ਯੂ ਐਸ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।